ਸਮਾਂ ਚੰਗਾ ਜਾਂ ਮਾੜਾ ਨਹੀਂ ਹੁੰਦਾ, ਸਮਾਂ ਸਿਰਫ ਸਮਾਂ ਹੀ ਹੁੰਦਾ ਹੈ। ਪਵਿੱਤਰ ਬਾਈਬਲ ਦੇ ਵਿੱਚ ਵੀ ਜਿਹੜਾ ਹੈ ਨਾ ਇਹ ਗੱਲ ਲਿਖੀ ਆ ਕਿ ਸਮੇਂ ਨੂੰ ਆਪਣੇ ਲਈ ਲਾਭਕਾਰੀ ਬਣਾਓ, ਦਿਨ ਬੁਰੇ ਆ, ਸਮੇਂ ਨੂੰ ਆਪਣੇ ਲਈ ਲਾਭਕਾਰੀ ਬਣਾਓ। ਬੁਰੇ ਦਿਨ ਚੱਲ ਰਹੇ ਆ, ਕਸ਼ਟ ਦੇ ਦਿਨ ਚੱਲ ਰਹੇ ਆ, ਚਾਰ ਚੁਫੇਰਿਓ ਉਦਾਸੀ ਦੀਆਂ ਗੱਲਾਂ ਜਿਹੜੀਆਂ ਆ ਸੁਣਨ ਨੂੰ ਮਿਲ ਰਹੀਆਂ ਆ, ਚਾਰ ਚੁਫੇਰਿਓ ਲੋਕਾਂ ਦੀਆਂ ਸਮੱਸਿਆਵਾਂ ਹੀ ਸਮੱਸਿਆਵਾਂ ਸੁਣਨ ਨੂੰ ਮਿਲ ਰਹੀਆਂ ਆ। ਪਰ ਅਸੀਂ ਆਪਣੇ ਲਈ ਇਹਨੂੰ ਲਾਭਕਾਰੀ ਬਣਾਉਣਾ ਆ ਕਿ ਅਸੀਂ ਇਸ ਸਮੇਂ ਦੇ ਵਿੱਚ ਕਿੱਦਾਂ ਸਰਵਾਈਵ ਕਰਨਾ ਆ, ਕਿੱਦਾਂ ਅਸੀਂ ਇਸ ਸਮੇਂ ਦਾ ਬਿਹਤਰ ਇਸਤੇਮਾਲ ਜਿਹੜਾ ਆ ਅਸੀਂ ਕਰ ਸਕਦੇ ਹਾਂ। ਸੋ ਅਸੀਂ ਕੁਛ ਚੀਜ਼ਾਂ ਜਿਹੜੀਆਂ ਆ ਪਵਿੱਤਰ ਬਾਈਬਲ ਦੇ ਵਿੱਚੋਂ ਵੀ ਆਪਾਂ ਜ਼ਰੂਰ ਦੇਖਾਂਗੇ। ਯਕੂਬ ਦੀ ਕਿਤਾਬ ਉਹਦਾ 4 ਨੰਬਰ ਅਧਿਆਏ ਤੇ ਉਹਦੀ 13 ਤੇ 14 ਨੰਬਰ ਜਿਹੜੀ ਪੰਕਤੀ ਆ ਅਸੀਂ ਉਹਨੂੰ ਦੇਖਾਂਗੇ। ਇੱਥੇ ਲਿਖਿਆ ਆ ਕਹਿੰਦਾ ਓਏ ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਜਾਂ ਭਲਕੇ ਫਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਰਾ ਕੱਟਾਂਗੇ ਅਤੇ ਵਣਜ ਵਪਾਰ ਕਰਾਂਗੇ ਅਤੇ ਕੁਝ ਖੱਟਾਂਗੇ, ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ, ਤੁਹਾਡੀ ਜਿੰਦ ਹੈ ਹੀ ਕੀ, ਕਿਉਂ ਜੋ ਤੁਸੀਂ ਤਾਂ ਭਾਫ ਹੋ ਜਿਹੜੀ ਥੋੜਾ ਕੁ ਚਿਰ ਦਿਸਦੀ ਹੈ ਫਿਰ ਅਲੋਪ ਹੋ ਜਾਂਦੀ ਹੈ। ਸੋ ਵਚਨ ਸਾਨੂੰ ਕੀ ਦੱਸਦਾ ਆ, ਕਹਿੰਦਾ ਵੀ ਤੁਸੀਂ ਇੱਦਾਂ ਕਹਿੰਦੇ ਆ ਭਲਕੇ ਅਸੀਂ ਫਲਾਣੇ ਪਿੰਡ ਨੂੰ ਜਾਵਾਂਗੇ, ਫਲਾਨਾ ਕੰਮ ਜਿਹੜਾ ਵਣਜ ਵਪਾਰ ਆ ਅਸੀਂ ਉਹ ਭਲਕੇ ਕਰਾਂਗੇ, ਜਾਂ ਅਸੀਂ ਕੁਛ ਖੱਟਾਂਗੇ, ਜੋ ਵੀ ਚੀਜ਼ਾਂ ਅਸੀਂ ਕਰਦੇ ਹਾਂ ਨਾ, ਮੈਂ ਉੱਥੇ ਆਊਂਗਾ, ਮੈਂ ਅਗਲੇ ਮਹੀਨੇ ਤੈਨੂੰ ਮਿਲਣ ਲਈ ਆਊਂਗਾ, ਆਪਾਂ ਇੱਦਾਂ ਹੀ ਗੱਲਾਂ ਕਰਦੇ ਹਾਂ। ਕਈ ਵਾਰੀ ਕੋਈ ਜਾਣਾ ਆਪਾਂ ਨੂੰ ਘਰੇ ਮਿਲਣ ਵਾਸਤੇ ਆਇਆ ਹੁੰਦਾ ਤੇ ਉਹ ਜਾਣ ਲੱਗੇ ਕਹਿਣਗੇ ਹੁਣ ਜੀ ਤੁਸੀਂ ਆਇਓ, ਇੱਦਾਂ ਹੀ ਆ ਨਾ ਆਪਾਂ ਵੀ ਜਿੱਥੇ ਜਾਂਦੇ ਆਪਾਂ ਉਹਨਾਂ ਨੂੰ ਕਹਿੰਦੇ ਹੁਣ ਜੀ ਤੁਸੀਂ ਆਇਓ, ਤਾਂ ਉਹ ਆਪਾਂ ਕੀ ਕਹਿੰਦੇ ਉਹਨਾਂ ਨੂੰ, ਹਾਂ ਹਾਂ ਪੱਕਾ ਪੱਕਾ ਅਸੀਂ ਜ਼ਰੂਰ ਆਵਾਂਗੇ, ਠੀਕ ਹੈ ਅਸੀਂ ਆਵਾਂਗੇ, ਅਸੀਂ ਮੋੜਲੇ ਹਫ਼ਤੇ ਜਲੰਧਰ ਨੂੰ ਜਾਣਾ ਆ, ਤੁਹਾਡੇ ਥਾਣੀ ਹੁੰਦੇ ਜਾਵਾਂਗੇ, ਤੁਹਾਡੇ ਪਿੰਡ ਥਾਣੀ, ਤੁਹਾਡੇ ਘਰ ਥਾਣੀ ਹੁੰਦੇ ਜਾਵਾਂਗੇ, ਸਾਡਾ ਫਲਾਨੇ ਨੂੰ ਫਲਾਨੇ ਦਿਨ ਨੂੰ ਉੱਥੇ ਪ੍ਰੋਗਰਾਮ ਆ ਅਸੀਂ ਤੁਹਾਡੇ ਕੋਲ ਆਵਾਂਗੇ, ਜਾਂ ਅਸੀਂ ਘਰ ਵਿੱਚ ਸਲਾਹ ਕਰਦੇ ਹਾਂ ਆਪਾਂ ਕਿ ਕੱਲ੍ਹ ਨੂੰ ਆਪਾਂ ਫਲਾਨਾ ਕੰਮ ਕਰਨਾ ਹੈ, ਪਰਸੋਂ ਨੂੰ ਆਪਾਂ ਫਲਾਨਾ ਕੰਮ ਕਰਨਾ ਹੈ, ਬੜੀ ਸ਼ਾਦੀ ਦੇ ਨਾਲ, ਬੜੀ ਸ਼ਾਦੀ ਦੇ ਨਾਲ ਅਸੀਂ ਪਲਾਨਿੰਗਾਂ ਕਰਦੇ ਹਾਂ ਸ਼ਿਓਰਿਟੀ ਦੇ ਨਾਲ। ਪਰ ਵਚਨ ਸਾਨੂੰ ਕੀ ਦੱਸਦਾ, ਕਹਿੰਦਾ ਵੀ ਤੈਨੂੰ ਕਿੱਥੋਂ ਇੰਨਾ ਮਾਣ ਆਇਆ ਆ ਵੀ ਤੂੰ ਇੰਨਾ ਤਸੱਲੀ ਦੇ ਨਾਲ, ਇੰਨਾ ਸ਼ਿਓਰਿਟੀ ਦੇ ਨਾਲ ਤੂੰ ਇਹ ਗੱਲ ਕਹਿੰਦਾ ਆ ਵੀ ਕੱਲ੍ਹ ਨੂੰ ਮੈਂ ਫਲਾਨਾ ਕੰਮ ਕਰੂੰਗਾ, ਤੈਨੂੰ ਕਹਿਣ ਦੱਸਿਆ ਵੀ ਤੇਰੇ ਕੋਲੇ ਕੱਲ੍ਹ ਹੈਗਾ ਆ, ਕਿੱਥੋਂ ਤੈਨੂੰ ਪਤਾ ਲੱਗਾ ਵੀ ਤੇਰੇ ਕੋਲ ਕੱਲ੍ਹ ਹੈਗਾ, ਜਦਕਿ ਅਸੀਂ ਇੱਕਦਮ ਦੇ ਮਨੁੱਖ ਹਾਂ, ਇੱਕ ਸਾਹ ਜਿਹੜਾ ਚੱਲ ਰਿਹਾ ਨਾ ਸਿਰਫ ਇਹਦਾ ਹੀ ਪਤਾ ਆ, ਕਿਸੇ ਨੂੰ ਨਹੀਂ ਪਤਾ ਕਿ ਅਗਲਾ ਆਉਣਾ ਆ ਕਿ ਨਹੀਂ। ਕਿੰਨੇ ਲੋਕਾਂ ਦੀਆਂ ਅੱਜ ਕੱਲ੍ਹ ਆਪਾਂ ਖ਼ਬਰਾਂ ਸੁਣਦੇ ਹਾਂ, ਕੋਈ ਗਾ ਰਿਹਾ ਸੀਗਾ, ਕੋਈ ਜਿਹੜਾ ਸੀਗਾ ਕੋਈ ਪਾਠ ਕਰ ਰਿਹਾ ਸੀਗਾ, ਕੋਈ ਧਾਰਮਿਕ ਕੰਮ ਕਰ ਰਿਹਾ ਸੀ, ਕੋਈ ਘਰੋਂ ਉੱਦਾਂ ਹੀ ਗਿਆ, ਕੋਈ ਰੋਟੀ ਖਾ ਰਿਹਾ ਸੀ, ਤਾਂ ਬਸ ਖਤਮ ਹੋ ਗਿਆ ਬੰਦਾ, ਮਤਲਬ ਕੋਈ ਧਾਰਮਿਕ ਕੰਮ ਕਰਦਿਆਂ ਵੀ ਖਤਮ ਹੋ ਗਿਆ,
ਕੋਈ ਐਕਸੀਡੈਂਟ ਦੇ ਵਿੱਚ ਖਤਮ ਹੋ ਗਿਆ, ਕੋਈ ਖਾਣਾ ਖਾਂਦੇ ਹੀ ਖਤਮ ਹੋ ਗਿਆ, ਇੱਥੋਂ ਤੱਕ ਕਿ ਕੋਈ ਇਲਾਜ ਵਾਸਤੇ ਹਸਪੀਟਲ ਵੀ ਪਹੁੰਚ ਗਿਆ ਸੀ, ਉਹਦੇ ਹਾਰਟ ਦਾ ਆਪਰੇਸ਼ਨ ਵੀ ਹੋ ਗਿਆ ਸੀਗਾ, ਫਿਰ ਵੀ ਖਤਮ ਹੋ ਗਿਆ। ਡਾਕਟਰਾਂ ਦੇ ਹੱਥਾਂ ਵਿੱਚ ਇੱਕ ਬਿਮਾਰ ਵਿਅਕਤੀ ਦੀ ਦੌੜ ਹੁੰਦੀ ਨਾ ਕਿ ਫਟਾਫਟ ਐਮਰਜੈਂਸੀ ਦੇ ਵਿੱਚ ਲੈ ਜਾਓ, ਡਾਕਟਰ ਦੇ ਕੋਲ ਲੈ ਜਾਓ, ਤਾਂ ਉਹ ਡਾਕਟਰ ਦੇ ਹੱਥਾਂ ਵਿੱਚ ਵੀ ਖਤਮ ਹੋ ਗਿਆ। ਸਾਨੂੰ ਨਹੀਂ ਭਰੋਸਾ ਕਿ ਸਾਡੇ ਕੋਲੇ ਕਿੰਨਾ ਸਮਾਂ ਹੋ ਰਿਹਾ, ਪਰ ਸਾਡੀਆਂ ਪਲੈਨਿੰਗਸ ਬਹੁਤ ਵੱਡੀਆਂ ਆ। ਔਰ ਅਸੀਂ ਬੜੇ ਸ਼ੋਰ ਹੁੰਦੇ ਆ ਕਿ ਹਾਂ ਅਸੀਂ ਆ ਉਹ ਕਰਾਂਗੇ, ਤਾਂ ਵਚਨ ਕੀ ਦੱਸਦਾ ਆ, ਕਹਿੰਦਾ ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ, ਤੁਸੀਂ ਜਾਣਦੇ ਹੀ ਨਹੀਂ ਕੱਲ ਨੂੰ ਕੀ ਹੋਊਗਾ। ਪਿਛਲੇ ਸਾਲ ਤੁਰਕੀ ਵਿੱਚ ਕੀ ਹੋਇਆ, ਉਹਨਾਂ ਨੂੰ ਪਤਾ ਸੀਗਾ ਇੱਕ ਘੰਟਾ ਪਹਿਲਾਂ, ਅੱਧਾ ਘੰਟਾ ਪਹਿਲਾਂ, 10 ਮਿੰਟ ਪਹਿਲਾਂ ਕਿ ਇੱਕ ਭੂਚਾਲ ਆਏਗਾ ਤੇ ਇੰਨੇ ਹਜ਼ਾਰਾਂ ਲੋਕ ਲੱਖਾਂ ਲੋਕ ਜਿਹੜੇ ਆ ਉਹ ਦੱਬ ਕੇ ਹੀ ਮਰ ਜਾਣਗੇ। ਕਿਸੇ ਨੂੰ ਪਤਾ ਹੀ ਨਹੀਂ ਕਿ ਭਲਕੇ ਕੀ ਹੋਊਗਾ। ਭਲਕੇ ਦਾ ਮਤਲਬ ਆਉਣ ਵਾਲਾ ਕੱਲ ਨਹੀਂ, ਵੈਰੀ ਨੈਕਸਟ ਮੂਮੈਂਟ, ਅਗਲੇ ਹੀ ਪਲ ਕੀ ਹੋ ਜਾਊਗਾ, ਕਿਸੇ ਨੂੰ ਨਹੀਂ ਪਤਾ। ਔਰ ਕੀ ਕਹਿੰਦਾ ਆ, ਕਹਿੰਦਾ ਤੁਹਾਡੀ ਜਿੰਦ ਹੈ ਹੀ ਕੀ। ਸਾਡੀ ਜਿਹੜੀ ਜਾਨ ਆ ਇੱਕ ਮਨੁੱਖ, ਕਹਿੰਦਾ ਤੁਹਾਡੀ ਜਿੰਦ ਹੈ ਹੀ ਕੀ, ਕਿਉਂ ਜੋ ਤੁਸੀਂ ਤਾਂ ਭਾਫ ਹੋ ਜਿਹੜੀ ਥੋੜਾ ਕੁ ਚਿਰ ਦਿਸਦੀ ਹੈ ਫਿਰ ਅਲੋਪ ਹੋ ਜਾਂਦੀ ਹੈ, ਇੱਕ ਭਾਫ ਦੇ ਵਾਂਗ ਆ ਕਿ ਥੋੜਾ ਚਿਰ ਦੀ ਸਾਡੀ ਹੋਂਦ ਆ ਤੇ ਫਿਰ ਖਤਮ ਹੋ ਜਾਂਦੀ। ਇੱਥੇ ਭਾਫ ਲਿਖਿਆ, ਇੱਕ ਥਾਂ ਤੇ ਲਿਖਿਆ ਮਨੁੱਖ ਦੀ ਜਿੰਦ ਘਾਹ ਦੇ ਵਾਂਗ ਆ, ਸੂਰਜ ਚੜ੍ਹਦਾ ਤੇ ਕਹਿੰਦਾ ਇਹ ਸੁੱਕ ਜਾਂਦਾ ਹੈ, ਇਹ ਕਮਲਾ ਜਾਂਦਾ ਹੈ। ਸੋ ਇਹ ਸੱਚ ਆ ਜੋ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਨਾ, ਉਹ ਬਿਲਕੁਲ ਸੱਚ ਆ। ਅਰ ਯਾਦ ਰੱਖੋ ਕਿ ਜਦੋਂ ਕਿਸੇ ਮਨੁੱਖ ਦਾ ਜਨਮ ਹੁੰਦਾ ਆ ਨਾ, ਉਹਦੇ ਬਾਅਦ ਵਿੱਚ ਉਹਦੀ ਉਮਰ ਵੱਧਦੀ ਨਹੀਂ ਆ। ਅਸੀਂ ਹਮੇਸ਼ਾ ਕਹਿੰਦੇ ਨਾ ਹੁਣ ਇਹਦੀ ਉਮਰ ਵੱਧ ਰਹੀ ਆ, ਐਕਚੁਅਲ ਚ ਉਹਦੀ ਉਮਰ ਉਸ ਦਿਨ ਤੋਂ ਘਟਣੀ ਸ਼ੁਰੂ ਹੁੰਦੀ ਆ, ਉਹਦਾ ਸਮਾਂ ਘਟਣਾ ਸ਼ੁਰੂ ਹੁੰਦਾ ਆ। ਐਵਰੀ ਡੇ ਅਸੀਂ ਮੌਤ ਵੱਲ ਨੂੰ ਵੱਧ ਰਹੇ ਹਾਂ, ਸਰੀਰਕ ਮੌਤ ਵੱਲ ਨੂੰ ਐਵਰੀ ਡੇ ਅਸੀਂ ਵੱਧਦੇ ਜਾ ਰਹੇ ਹਾਂ। ਜਿੰਨਾ ਮੰਨ ਲਓ ਕਿ ਜਿਸ ਦਿਨ ਸਾਡਾ ਜਨਮ ਹੋਇਆ ਸੀਗਾ ਉਸ ਦਿਨ ਸਾਨੂੰ ਦਿੱਤੇ ਗਏ 80 ਸਾਲ, 120 ਸਾਲ ਵੀ ਹੋ ਸਕਦੇ ਆ, ਤਾਂ ਜਿੰਨਾ ਸਮਾਂ ਸਾਨੂੰ ਦਿੱਤਾ ਗਿਆ ਐਵਰੀ ਡੇ ਕੀ ਆ, 80 ਸਾਲਾਂ ਚੋਂ ਇੱਕ ਦਿਨ ਘਟ ਗਿਆ, ਦੂਜੇ ਦਿਨ 80 ਸਾਲਾਂ ਚੋਂ ਦੋ ਦਿਨ ਘਟ ਗਏ, ਜਦੋਂ ਅਸੀਂ ਬਰਥਡੇ ਮਨਾਉਂਦੇ ਤਾਂ 80 ਸਾਲਾਂ ਚੋਂ ਇੱਕ ਸਾਲ ਘਟ ਗਿਆ, 80 ਸਾਲਾਂ ਚੋਂ 2 ਸਾਲ ਘਟ ਗਏ। ਅਰ ਹਾਸੇ ਵਾਲੀ ਗੱਲ ਆ ਕਿ ਅਸੀਂ ਸੈਲੀਬ੍ਰੇਟ ਕਰਦੇ ਹਾਂ ਕਿ ਹੁਣ ਮੇਰੇ ਉਮਰ ਚੋਂ ਇੰਨੇ ਸਾਲ ਘਟ ਗਏ ਆ। ਮੋਮਬੱਤੀ ਬਾਲ ਕੇ, ਮੋਮਬੱਤੀ ਬਾਲ ਕੇ ਬਚਾਉਂਦੇ ਕਿਉਂ? ਇਸ ਲਈ ਕਿ ਇੰਨੇ ਸਾਲ ਖਤਮ ਹੋ ਗਏ, ਮੇਰੀ ਉਮਰ ਚੋਂ ਇੰਨੇ ਸਾਲ ਖਤਮ ਹੋ ਗਏ, ਤੇ ਸਾਰੇ ਜਣੇ ਤਾੜੀਆਂ ਮਾਰਦੇ ਆ ਖੁਸ਼ ਹੋ ਕੇ ਵੀ ਚੰਗਾ ਹੋਇਆ ਖਤਮ ਹੋ ਗਏ, ਕਿਉਂਕਿ ਰੋਕ ਤੇ ਸਕਦੇ ਨਹੀਂ ਸੀ, ਖਤਮ ਹੋ ਗਏ।